ਗੋਲੀਆਂ ਮਾਰ ਕੇ ਪਿੰਡ ਦੇ ਵਿੱਚ ਹੀ ਇੱਕ ਸ਼ਖਸ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਤਾਂ ਦੱਸਦੀਏ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਦੋਵਾਂ ਧਿਰਾਂ ਦੇ ਵਿਚਕਾਰ ਝਗੜਾ ਹੋਇਆ ਸੀ, ਲੜਕੀ ਦੇ ਨਾਲ ਛੇੜਛਾੜ ਦਾ ਮਾਮਲਾ ਦੱਸਿਆ ਜਾ ਰਿਹਾ। ਤਾਂ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਹੁਣ ਇੱਕ ਵਾਰ ਫਿਰ ਪੁਰਾਣੀ ਰੰਜਿਸ਼ ਜੋ ਹੈ ਉਹ ਭਖਦੀ ਨਜ਼ਰ ਆਈ ਹੈ। ਕਿਹਾ ਜਾ ਰਿਹਾ ਕਿ ਇੱਕ ਗੁਰਸੇਵਕ ਸਿੰਘ ਨਾਮਕ ਨੌਜਵਾਨ ਦਾ ਸ਼ਰੇਆਮ ਪਿੰਡ ਦੇ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤਾਂ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ਦੇ ਵਿੱਚ ਗੋਲੀ ਚੱਲੀ ਹੈ, ਲੜਕੀ ਦੇ ਨਾਲ ਛੇੜਛਾੜ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਪੁਰਾਣੀ ਰੰਜਿਸ਼ ਇੱਕ ਵਾਰ ਫਿਰ ਤੋਂ ਭਖੀ ਹੈ ਅਤੇ ਇੱਕ ਨੌਜਵਾਨ ਦਾ ਪਿੰਡ ਦੇ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਉਹ ਨੇ ਇਦਾਂ ਸਾਲ ਕੁ ਪਹਿਲਾਂ ਝਗੜਾ ਜਿਹਾ ਹੋਇਆ ਸੀ ਆਪਸ ਚ, ਤੇ ਹੁਣ ਉਹ ਸਾਲ ਰਾਜੀਨਾਮਾ ਵਗੈਰਾ ਹੋ ਗਿਆ ਤੇ ਹੁਣ ਆਣ ਕੇ ਗੋਲੀ ਮਾਰ ਗਏ। ਤਾਂ ਕਿੰਨੇ ਵਜੇ ਦੀ ਘਟਨਾ ਵਾ? 6 ਕੁ ਵਜੇ ਦੀ ਗੱਲ ਹੈ। ਗੁਡੀਆ ਟਿਊਸ਼ਨ ਤੇ ਉਹਨੂੰ ਲੈਣ ਗਿਆ ਪਿੰਡ ਦੇ ਬੰਦੇ ਨਾਲ, ਗੁਆਂਢੀ ਇੱਕ ਸਿਮੋ ਮੁੰਡਿਆ ਨਾਲ, ਇੱਕ ਟਾਟਾ ਕਹਿੰਦੇ, ਇੱਕ ਇੱਥੋਂ ਮਰਾਜਪੁਰ ਦਾ ਮੁੰਡਾ, ਮੈਨੂੰ ਨਾਂ ਨੀ ਪਤਾ। ਇਨਸਾਫ ਮਿਲਣਾ ਚਾਹੀਦਾ, ਉਹਦੀ ਗੁੜੀਆ ਉਹਨਾਂ ਇਨਸਾਫ ਮਿਲਣਾ ਚਾਹੀਦਾ ਉਹਨਾਂ। ਇਹ ਸ਼ਾਮੀ 6 ਵਜੇ ਦੀ ਇੰਸੀਡੈਂਟ ਆ ਜੀ। ਤਿੰਨ ਮੁੰਡਿਆਂ ਨੇ ਜਿਹਨਾਂ ਕੋਲ ਰਹਿਣਾ ਸੀ ਉਹਨਾਂ ਨੇ ਗੋਲੀ ਮਾਰ ਕੇ ਗੁਰਸੇਵਕ ਸਿੰਘ ਨਾਂ ਦੇ ਇੱਕ ਬੰਦੇ ਦਾ ਕਤਲ ਕੀਤਾ। ਬਸ ਮੌਕਾ ਵੇਖ ਕੇ ਮੈਂ ਇੱਥੇ ਆਇਆ, ਹੁਣ ਜਾ ਕੇ ਜੋ ਵੀ ਬਿਆਨ ਲਿਖ ਲਵੇ, ਬਿਆਨ ਲਿਖ ਕੇ ਜਿਹੜੀ ਕਿੰਨੀ ਕਰੂਗੀ ਸੀਸੀਟੀਵੀ ਵਗੈਰਾ ਸਰ ਸਾਹਮਣੇ ਆਈ ਚੈੱਕ ਕਰ ਰਹੇ ਹਾਂ। ਗੋਲੀਆਂ ਮਾਰ ਕੇ ਪਿੰਡ ਦੇ ਵਿੱਚ ਹੀ ਇੱਕ ਸ਼ਖਸ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਤਾਂ ਦੱਸਦੀਏ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਦੋਵਾਂ ਧਿਰਾਂ ਦੇ ਵਿਚਕਾਰ ਝਗੜਾ ਹੋਇਆ ਸੀ, ਲੜਕੀ ਦੇ ਨਾਲ ਛੇੜਛਾੜ ਦਾ ਮਾਮਲਾ ਦੱਸਿਆ ਜਾ ਰਿਹਾ। ਤਾਂ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਹੁਣ ਇੱਕ ਵਾਰ ਫਿਰ ਪੁਰਾਣੀ ਰੰਜਿਸ਼ ਜੋ ਹੈ ਉਹ ਭਖਦੀ ਨਜ਼ਰ ਆਈ ਹੈ। ਕਿਹਾ ਜਾ ਰਿਹਾ ਕਿ ਇੱਕ ਗੁਰਸੇਵਕ ਸਿੰਘ ਨਾਮਕ ਨੌਜਵਾਨ ਦਾ ਸ਼ਰੇਆਮ ਪਿੰਡ ਦੇ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤਾਂ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ਦੇ ਵਿੱਚ ਗੋਲੀ ਚੱਲੀ ਹੈ, ਲੜਕੀ ਦੇ ਨਾਲ ਛੇੜਛਾੜ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਪੁਰਾਣੀ ਰੰਜਿਸ਼ ਇੱਕ ਵਾਰ ਫਿਰ ਤੋਂ ਭਖੀ ਹੈ ਅਤੇ ਇੱਕ ਨੌਜਵਾਨ ਦਾ ਪਿੰਡ ਦੇ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਉਹ ਨੇ ਇੱਦਾਂ ਸਾਲ ਕੁ ਪਹਿਲਾਂ ਝਗੜਾ ਜਿਹਾ ਹੋਇਆ ਸੀ ਆਪਸ ਚ, ਤੇ ਹੁਣ ਉਹ ਸਾਲ ਰਾਜੀਨਾਮਾ ਵਗੈਰਾ ਹੋ ਗਿਆ ਤੇ ਹੁਣ ਆਣ ਕੇ ਗੋਲੀ ਮਾਰ ਗਏ। ਤਾਂ ਕਿੰਨੀ ਵਜੇ ਦੀ ਘਟਨਾ ਵਾ? 6 ਕੁ ਵਜੇ ਦੀ ਗੱਲ ਹੈ। ਕੋਈ ਲੜਕੀਆਂ ਦਾ ਮੈਟਰ ਵੀ ਕੋਈ ਛੇੜਛਾੜ ਕਰਨ ਦਾ? ਹਾਂਜੀ ਛੇੜਛਾੜ ਕਰਨ ਦਾ। ਪੁਰਾਣੀ ਗੱਲ ਹੈ ਕਿ ਅੱਜ ਵੀ? ਨਹੀਂ ਪੁਰਾਣੀ ਗੱਲ ਹੈ ਜੀ, 8-9 ਮਹੀਨੇ ਹੋ ਚੱਲੇ।
ਨਹੀਂ ਮੈਂ ਉਹਦਾ ਮਤਲਬ ਹੈ ਉੱਥੇ ਪਿੰਡ ਸੀ ਪਰ ਮੈਂ ਗੁੜੀਆ ਟਿਊਸ਼ਨ 'ਤੇ ਗਿਆ ਉਹਨੂੰ ਲੈਣ ਗਿਆ। ਪਿੰਡ ਦੇ ਬੰਦੇ ਨਾਲ ਗੁਆਂਢੀ, ਇੱਕ ਸਿਮੋ ਮੁੰਡਿਆਂ ਨਾਲ, ਇੱਕ ਟਾਟਾ ਕਹਿੰਦੇ, ਇੱਕ ਇੱਥੋਂ ਅਮਰਾਜਪੁਰ ਦਾ ਮੁੰਡਾ, ਮੈਨੂੰ ਨਾਂ ਨਹੀਂ ਪਤਾ। ਹਾਂਜੀ, 3 ਦਿਨ ਤਿੰਨ ਸੌ ਪੰਦਰਾਂ ਅਤੇ ਇੱਕ ਸਪਰਿੰਗ ਕਹਿੰਦੇ ਜੀ ਰਫਲ। ਮੰਗ ਇਹੋ ਜੀ, ਇਨਸਾਫ ਮਿਲਣਾ ਚਾਹੀਦਾ, ਉਹਦੀ ਗੁੜੀਆ ਉਹਦੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਜੀ। ਇਹ ਸ਼ਾਮੀ 6 ਵਜੇ ਦੀ ਇੰਸੀਡੈਂਟ ਆ ਜੀ। ਤਿੰਨ ਮੁੰਡਿਆਂ ਨੇ ਜਿਨ੍ਹਾਂ ਕੋਲ ਰੈਫਲਾਂ ਸੀ ਉਹਨਾਂ ਨੇ ਗੋਲੀ ਮਾਰ ਕੇ ਗੁਰਸੇਵਕ ਸਿੰਘ ਨਾਂ ਦੇ ਇੱਕ ਬੰਦੇ ਦਾ ਕਤਲ ਕੀਤਾ। ਬਸ ਮੌਕਾ ਵੇਖ ਕੇ ਮੈਂ ਇੱਥੇ ਆਇਆ ਹੁਣ, ਅਤੇ ਆ ਕੇ ਜੋ ਵੀ ਬਿਆਨ ਲਿਖ ਲੈ ਕੇ ਜਿਹੜੀ ਕਾਨੂੰਨੀ ਕਾਰਵਾਈ ਸੀ ਸੀ ਟੀ ਵੀ ਵਗੈਰਾ ਸਰ ਸਾਹਮਣੇ ਚੈੱਕ ਕਰ ਰਹੇ ਹਾਂ ਜੀ।